ਅਸਲਾਮ ਵਾਲੇਕਮ ਕੀ ਹਾਲ ਹੈ ਜੀ ਦੋਸਤੋ ਸਭ ਠੀਕ ਠਾਕ ਡਿਜੀਟਲ ਟਰੈਕਟਰ YouTube ਚੈਨਲ ਤੇ ਖੁਸ਼ ਆਮਦੀਦ ਅੱਜ ਦੀ ਵੀਡੀਓ ਸੀ ਲੈ ਕੇ ਆਏ ਹਾਂ MF 240 ਆ ਇਹ ਆ 50 ਹਸ ਪਾਵਰ ਮਿਲਦ ਦਾ ਸਭ ਤੋਂ ਛੋਟਾ ਟਰੈਕਟਰ ਜਿਹਨੂੰ ਕਿਹਾ ਜਾਂਦਾ ਥੋੜੀ ਹਸ ਪਾਵਰ ਵਾਲੇ ਨੂੰ ਇਹਦੇ ਬਾਰੇ ਗੱਲਬਾਤ ਕਰਾਂਗੇ ਇਹਦੀ ਕੀਮਤ ਦੇ ਬਾਰੇ ਗੱਲਬਾਤ ਕਰਾਂਗੇ ਇਹਦੇ ਕੋਈ ਬਾਈ ਮਾਡਲ ਦੇ ਵਿੱਚ ਕੋਈ ਤਬਦੀਲੀਆਂ ਆਈਆਂ ਨੇ ਜਾਂ ਨਹੀਂ ਆਈਆਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਇਸ ਤੋਂ ਪਹਿਲੇ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਉਣਾ ਕਿਉਂਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇਗੀ ਤੇ ਅਗਰ ਵੀਡੀਓ ਅੱਛੀ ਲੱਗੇ ਤੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਲਾਈਕ ਕਮੈਂਟ ਕਰਕੇ ਦੱਸਣਾ ਅੱਜ ਅਸੀਂ ਗੱਲਬਾਤ ਕਰਦੇ ਹਾਂ MF 240 ਜਿਹੜਾ ਹੈ ਮਿੱਲੇ ਦਾ ਸਭ ਤੋਂ ਛੋਟਾ ਟਰੈਕਟਰ ਆ 50 ਹਸਪਾਵਰ ਦਾ ਇਹਦੀ ਕੀਮਤ ਦੇ ਬਾਰੇ ਗੱਲਬਾਤ ਕਰਦੇ ਹਾਂ ਇਹਦੀ ਮੌਜੂਦਾ ਕੀਮਤ 2022 ਜਿਹੜੀ ਚੱਲ ਰਹੀ ਆ 12,23,250 ਰੁਪਏ ਬੁਕਿੰਗ ਪ੍ਰਾਈਸ ਆ ਜਿਹੜੀ ਜਿਹੜੀ ਤੁਸੀਂ ਇਹ ਪ੍ਰਾਈਸ ਜਿਹੜੀ ਤੁਹਾਨੂੰ ਮਿਲਣੀ ਆ ਤੁਸੀਂ ਪੈਸੇ ਆਪਣੇ ਜਮ੍ਹਾਂ ਕਰਵਾ ਕੇ ਤਿੰਨ ਤੋਂ ਚਾਰ ਮਹੀਨੇ ਬਾਅਦ ਤੁਹਾਨੂੰ ਡਿਲੀਵਰੀ ਮਿਲੇਗੀ ਮਤਲਬ ਇਹ ਤੁਸੀਂ ਬੁੱਕ ਕਰਵਾਉਣਾ ਟਰੈਕਟਰ ਫਿਰ ਇੰਨੇ ਚ ਮਿਲੇਗਾ ਅਗਰ ਤੁਸੀਂ ਚਾਹਦੇ ਜੀ ਅਸੀਂ ਕੈਸ਼ ਤੇ ਲਈਏ ਅਰਜੈਂਟ ਲਈਏ ਟਰੈਕਟਰ ਫਿਰ ਤੁਹਾਨੂੰ ਥੋੜਾ ਜਿਹਾ ਮਹਿੰਗਾ ਪਵੇਗਾ ਫਿਰ ਜ਼ਿਆਦਾ ਪੈਸੇ ਲੱਗਣਗੇ ਪੈਸੇ ਉਹ ਕਿੰਨੇ ਜ਼ਿਆਦਾ ਲੱਗਣਗੇ ਮਤਲਬ 12 ਲੱਖ 23250 ਰੁਪਏ ਦਾ ਬੁਕਿੰਗ ਪ੍ਰਾਈਸ ਆ ਤੇ ਜੇ ਤੁਸੀਂ ਕੈਸ਼ ਤੇ ਲੋਗੇ ਫਿਰ ਤੁਹਾਨੂੰ ਤਕਰੀਬਨ ਮਿਲੇਗਾ 12.5 ਤੋਂ ਵੀ ਉੱਤੇ ਕਰ ਸਕਦੇ ਆ ਪੌਣੇ 13 ਤੱਕ ਮਿਲ ਸਕਦਾ ਏ ਮਤਲਬ ਸਭ ਤੋਂ ਛੋਟਾ ਟਰੈਕਟਰ ਆ ਜਿਹੜਾ 50 ਹਸ ਪਾਵਰ ਚ ਐਮਐਫ 240 ਸਾਨੂੰ ਮਿਲ ਰਿਹਾ ਵਾ 12 ਲੱਖ ਤੋਂ ਵੀ ਉੱਤੇ ਕਿੱਥੇ ਤੱਕ ਪਹੁੰਚ ਗਈ ਇਹਦੀਆਂ ਕੀਮਤਾਂ ਮਤਲਬ ਹੁਣ ਕੀਮਤ ਟਰੈਕਟਰਾਂ ਦੀਆਂ ਵਧੀਆਂ ਨੇ ਤੇ ਇਹਦੀ ਵੀ ਵਧ ਗਈ ਆ ਤੇ 2022 ਮਾਡਲ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਕੋਈ ਚੇਂਜਿੰਗ ਨਹੀਂ ਕੀਤੀ ਸੇਮ ਹੋਈ ਆ ਜਿਹੜਾ ਸਾਨੂੰ ਪਹਿਲੇ ਮਿਲ ਰਿਹਾ ਸੀ ਕਾਫੀ ਪਿੱਛੇ ਚਾਲ ਚੱਲ ਜੀ ਨਾ ਉਹੀ ਚੀਜ਼ਾਂ ਮਿਲ ਰਹੀਆਂ ਨੇ ਅੱਗੋ-ਗੋ ਵਜ਼ਨ ਮਟੀਰੀਅਲ ਜਿਹੜਾ ਥੋੜਾ ਜਿਹਾ ਲੋ ਘਟਦੇ ਜਾਂਦੇ ਨੇ ਕੀਮਤਾਂ ਹਰ ਸਾਲ ਹਰ ਮਹੀਨੇ 2-4 ਮਹੀਨੇ ਬਾਅਦ ਵਧਾਉਂਦੇ ਰਹਿੰਦੇ ਨੇ ਮਤਲਬ ਮਟੀਰੀਅਲ ਉਹੀ ਸੀਮ ਆ ਉਸ ਤੋਂ ਮਤਲਬ ਥੋੜਾ ਜਿਹਾ ਨਾਕਸ ਕਰ ਲੋ ਹੱਦ ਸਾਧ ਦੇਖਦੇ ਜੇ ਤੁਸੀਂ ਗੱਡੀਆਂ ਦੇ ਦੋ-ਦੋ ਟੋਟੇ ਵੀ ਹੋ ਜਾਂਦੇ ਆ ਲੇਕਿਨ ਮਟੀਰੀਅਲ ਉਸ ਤੋਂ ਥੋੜਾ ਕਮਜ਼ੋਰ ਕਰੀ ਜਾਂਦੇ ਰੇਟ ਵਧਾਈ ਜਾਂਦੇ ਆ ਇਹ ਦਿਨ ਆ ਇਹ ਦਿਨ ਹੁਣ 2022 ਦੇ ਵਿੱਚ ਜਿਹੜਾ ਰੇਟ ਚੱਲ ਰਿਹਾ 12,23,250 ਰੁਪਏ ਆ ਅੱਗੋ ਹੋ ਸਕਦਾ ਏ ਮਹੀਨਾ ਡੇਢ ਮਹੀਨਾ ਠਹਿਰ ਕੇ ਹੋਰ ਇਹਦੀਆਂ ਕੀਮਤਾਂ ਵੱਧ ਜਾਣ ਕਿਉਂਕਿ ਅੱਗੋ ਹਰ ਚੀਜ਼ ਦੀ ਕੀਮਤ ਵੱਧ ਰਹੀ ਏ 17% ਸੇਲ ਟੈਕਸ ਲੱਗਾ ਏ ਜਿਹਦੇ ਨਾਲ ਕੀਮਤ ਜ਼ਿਆਦਾ ਹੋ ਗਈ ਆ ਹੋ ਸਕਦਾ ਏ ਇਹਦੀ ਵੀ ਕੀਮਤ ਜ਼ਿਆਦਾ ਕਰਕੇ ਇਸ ਤੋਂ ਵੀ ਤੁਹਾਨੂੰ ਤੇ ਲੈਣਾ ਪਵੇ ਤੇ ਜਿਸ ਕਿਸੇ ਨੇ ਲੈਣਾ ਹੋਵੇ ਉਹ ਜਲਦੀ ਤੋਂ ਜਲਦੀ ਖਰੀਦ ਸਕਦਾ ਏ ਕਿਉਂਕਿ ਕੋ ਮਜ਼ੀਦ ਕੀਮਤਾਂ ਵਧਣ ਦੇ ਚਾਂਸਸ ਨੇ 2022 ਸਟਾਰਟ ਹੋ ਗਿਆ ਵਾ ਇਹਦੇ ਚ ਤੇ ਨਹੀਂ ਵਧੀਆਂ ਮਤਲਬ 1 ਮਹੀਨੇ ਤੱਕ ਡੇਢ ਤੱਕ ਵੱਧ ਸਕਦੀਆਂ ਹੁਣ ਜਿਹੜੀ ਕੀਮਤ ਸੀ ਉਹ ਤੁਸੀਂ ਦੋਸਤਾਂ ਨਾਲ ਸ਼ੇਅਰ ਕਰਤੀ ਮਿਲਦੇ ਆਂ ਅਗਲੀ ਵੀਡੀਓ ਤੇ ਅੱਲਾ ਨਿਕੇ ਬਾਨ